ਹੈ ਭੀ ਸੱਟ, ਨਾਨਕ ਹੋਸੀ ਭੀ ਸੱਟ, ਦਿਨਾ ਸਾਸ ਗਿਰਾਸਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਮਹਾਨ ਮਹਾਂਪੁਰਖ, ਜੀਵਨ ਮੁਕਤ ਮਹਾਂਪੁਰਖ, ਹੋਤੀ ਮਰਦਾਨ ਸੰਪਰਦਾਇ ਦੇ ਮਹਾਨ ਮੁਖੀ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਸਾਲਾਨਾ ਜੋੜ ਮੇਲੇ ਦੇ ਸਮਾਗਮਾਂ ਉੱਤੇ ਹਾਜ਼ਰੀਆਂ ਭਰਨ ਦਾ, ਸਤਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਦਾਸ ਤੋਂ ਪਹਿਲਾਂ ਆਪ ਜੀ ਨੇ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਦੀ ਰਸਨਾ ਤੋਂ ਬਹੁਤ ਸੁੰਦਰ ਗੁਰਮਤ ਦੀਆਂ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ। ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵ ਏਕ ਕਣੀ। ਜਿਹੜਾ ਗੁਰਮੁਖ ਹੁੰਦਾ ਹੈ, ਪਹਿਲਾਂ ਉਹ ਸਤਿਗੁਰੂ ਦੇ ਦਰ ਤੋਂ ਨਾਮ ਦੀ ਦਾਤ ਨੂੰ ਪ੍ਰਾਪਤ ਕਰਕੇ ਉਸ ਨਾਮ ਦੀ ਆਪ ਕਮਾਈ ਕਰਦਾ ਹੈ, ਫਿਰ ਉਸ ਨਾਮ ਦੀ ਕਮਾਈ ਦੀ ਬਰਕਤ ਦੇ ਵਿੱਚੋਂ ਕਰੋੜਾਂ ਲੱਖਾਂ ਪ੍ਰਾਣੀਆਂ ਨੂੰ ਨਾਮ ਦੀ ਬਰਕਤ ਦੇ ਨਾਲ ਜੋੜ ਕਰਕੇ ਇਸ ਸੰਸਾਰ 'ਤੇ ਪਰਉਪਕਾਰ ਕਰਦਾ ਹੋਇਆ ਜੀਵਾਂ ਦਾ ਭਲਾ ਕਰਦਾ ਹੈ, ਕਰੋੜਾਂ ਜੀਵਾਂ ਦਾ ਉਧਾਰ ਹੋ ਜਾਂਦਾ ਹੈ ਗੁਰਮੁਖਾਂ ਦੀ ਕਰਨੀ ਕਰਕੇ। ਸਤ ਸੰਗਤ ਜੀ, ਕਲਯੁਗ ਦੇ ਅੰਦਰ ਕਠਿਨ ਸਾਧਨ ਜਿਹੜੇ ਕਰਨੇ ਬੜੇ ਹੀ ਔਖੇ ਸਨ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸੁ ਸੰਗ ਨਾ ਛੁਟਕਿਓ, ਅਧ ਕਹੂੰ ਬੁੱਧ ਵਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਇਹ ਸਾਧਨ ਬਹੁਤ ਹੀ ਕਠਿਨ ਸਨ, ਪਰ ਸਤਿਗੁਰੂ ਜੀ ਨੇ, ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡਾ ਉਧਾਰ ਕਰਨ ਵਾਸਤੇ, ਸਾਡਾ ਭਲਾ ਕਰਨ ਵਾਸਤੇ ਸਾਨੂੰ ਸਭ ਤੋਂ ਸੁਖੈਨ ਸਾਧਨ ਜਿਹੜਾ ਦਿੱਤਾ ਹੈ
ਉਹ ਸਤ ਸੰਗਤ ਦੇ ਵਿੱਚ ਮਿਲ ਕਰਕੇ ਨਾਮ ਜਪਣਾ ਔਰ ਵਾਹਿਗੁਰੂ ਦੀ ਸਿਫਤ ਸਲਾਹ ਨੂੰ ਕੰਨਾਂ ਦੁਆਰਾ ਸੁਣਨਾ। ਅਬ ਰਿਕਾਰਡ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗ ਭੱਜ ਕੇਵਲ ਨਾਮ। ਸਿੰਘ ਸਾਹਿਬ ਜੀ ਆਪ ਜੀ ਨੂੰ ਪਰਮਾਰਥ ਮਾਰਗ ਦੇ ਕੁਝ ਗੁੱਢੇ ਰਹੱਸਾਂ ਉੱਤੇ ਵਿਆਖਿਆ ਦੇ ਰਹੇ ਸਨ। ਸਾਧ ਸੰਗਤ ਜੀ, ਜਿਨ੍ਹਾਂ ਸਤਿਪੁਰਸ਼ਾਂ ਦੀ ਯਾਦ ਵਿੱਚ ਤੁਸੀਂ ਬੈਠੇ ਹੋ, ਇਹ ਮਹਾਂਪੁਰਖ ਵੀ ਜਦੋਂ ਕਿਤੇ ਆਏ ਜਗਿਆਸੂ ਨੇ ਨਾਮ ਜਪਣ ਵਾਸਤੇ ਵਿਚਾਰ ਕਰਨੇ, ਪਹਿਲਾਂ ਉਹਨਾਂ ਨੇ ਉਸ ਦੇ ਜੀਵਨ ਬਾਬਤ, ਉਸ ਦੇ ਮਨ ਦੀਆਂ ਬਿਰਤੀਆਂ ਬਾਬਤ, ਉਸ ਦੇ ਸੁਭਾਅ ਬਾਬਤ, ਉਸ ਦੇ ਖਿਆਲਾਂ ਬਾਬਤ ਚੰਗੀ ਤਰ੍ਹਾਂ ਉਸ ਕੋਲੋਂ ਹਰ ਗੱਲ ਦੀ ਜਾਣਕਾਰੀ ਲੈਣੀ ਕਿ ਤੂੰ ਬਈ ਨਾਮ ਜਪਣ ਦੀ ਗੱਲ ਕਰਦਾ, ਬਾਣੀ ਪੜ੍ਹਨ ਦੀ ਗੱਲ ਕਰਦਾ, ਸੇਵਾ ਦੀ ਗੱਲ ਕਰਦਾ, ਤੇਰਾ ਮਨ ਕਿੱਥੇ ਕੁ ਟਿਕਿਆ ਹੋਇਆ ਹੈ। ਸਤ ਸੰਗਤ ਜੀ, ਵੈਸੇ ਜਿਹੋ ਜਿਹਾ ਕੋਈ ਜਗਿਆਸੂ ਜਾਂ ਅਧਿਕਾਰੀ ਹੋਣਾ, ਉਸ ਨੂੰ ਵੈਸਾ ਹੀ ਉਹਨਾਂ ਨੇ ਪਰਮਾਰਥ ਮਾਰਗ ਦਾ ਗਿਆਨ ਕਰਵਾਉਣਾ। ਪਰਮਾਰਥ ਮਾਰਗ ਦੇ ਅੰਦਰ ਚਾਰ ਬਾਣੀਆਂ ਦਾ ਬੜਾ ਜ਼ਿਕਰ ਆਉਂਦਾ ਹੈ। ਬੈਖਰੀ ਹੈ, ਮੱਧਮਾ ਹੈ, ਪਸੰਤੀ ਹੈ, ਪਰਾ ਹੈ। ਬੈਖਰੀ ਬਾਣੀ ਦੁਆਰਾ ਜਿੱਥੇ ਬੋਲ ਕੇ ਭਾਵ ਤੁਹਾਡੇ ਕੰਨ ਵੀ ਸੁਣ ਸਕਣ ਅਤੇ ਕੋਲੇ ਬੈਠਾ ਦੂਸਰਾ ਵਿਅਕਤੀ ਵੀ ਸੁਣ ਸਕੇ, ਉਹ ਜਾਪ ਕਰਨਾ ਰਸਨਾ ਨਾਲ ਬੋਲ ਕੇ, ਜਿੱਥੇ ਉਸ ਦਾ ਬਹੁਤ ਵੱਡਾ ਮਹੱਤਵ ਵੀ ਮੰਨਿਆ ਹੈ। ਜਦੋਂ ਵਿਅਕਤੀ ਰਸਨਾ ਨਾਲ ਬੋਲ ਕੇ ਨਾਮ ਜਾਪ ਕਰਦਾ ਹੈ, ਉਦੋਂ ਉਸ ਦੀ ਦੇਹ ਵੀ ਪਵਿੱਤਰ ਹੁੰਦੀ ਹੈ, ਔਰ ਬਲਕਿ ਜਿਸ ਧਰਤੀ 'ਤੇ ਉਹ ਬੈਠ ਕੇ ਪਰਮੇਸ਼ਰ ਦਾ ਨਾਮ ਜਪਦਾ ਹੈ, ਉਹ ਧਰਤੀ ਵੀ ਪਵਿੱਤਰ ਹੋ ਜਾਂਦੀ ਹੈ। ਅੱਠ ਸੱਠ ਤੀਰਥ ਜਹ ਸਾਧ ਪਗ ਧਰੈ, ਤਹ ਬੈਕੁੰਠ ਜਹ ਨਾਮ ਉਚਰੈ। ਇਹ ਧਰਤੀ ਤੁਸੀਂ ਵੇਖ ਰਹੇ ਹੋ, ਅੱਜ ਤੋਂ 60-70 ਸਾਲ ਪਹਿਲਾਂ ਜੇ ਪਿੱਛੇ ਜਾਈਏ ਤਾਂ ਇਹ ਧਰਤੀ ਉਡਾੜ ਬੀਆਬਾਨ ਜੰਗਲ ਦਾ ਰੂਪ ਧਾਰਨ ਕੀਤੀ ਹੋਈ ਸੀ। ਪਰ ਸਾਧ ਸੰਗਤ ਜੀ, 70-80 ਸਾਲ ਪਿੱਛੇ ਚਲੇ ਜਾਈਏ ਤਾਂ ਜਦੋਂ ਉਹਨਾਂ ਮਹਾਂਪੁਰਖਾਂ ਨੇ ਇੱਥੇ ਆ ਕੇ ਨਾਮ ਜਪਿਆ ਤਾਂ ਇਹ ਧਰਤੀ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੌਬਾਰੇ, ਅੱਜ ਇਹ ਧਰਤੀ ਤੀਰਥ ਦਾ ਰੂਪ ਧਾਰਨ ਕਰ ਗਈ ਹੈ। ਧਾਰਮਿਕ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਿੱਥੇ ਕੋਈ ਪ੍ਰਭੂ ਦਾ ਪਿਆਰਾ ਕੁਝ ਸਾਲ ਬੈਠ ਕੇ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਦਾ ਹੈ, ਉਸ ਧਰਤੀ ਦੇ ਉੱਤੇ ਘੱਟ ਤੋਂ ਘੱਟ
ਦਸ ਹਜ਼ਾਰ ਸਾਲ ਦਸ ਹਜ਼ਾਰ ਵਰ੍ਹਾ ਉਸ ਦੇ ਜਪੇ ਹੋਏ ਨਾਮ ਦਾ ਪ੍ਰਭਾਵ ਉਹ ਧਰਤੀ ਗ੍ਰਹਿਣ ਕਰਕੇ ਆਪਣੀ ਕੁੱਖ ਵਿੱਚ ਰੱਖਦੀ ਹੈ। ਇੱਕ ਵੇਰੀ ਦਾ ਜ਼ਿਕਰ ਹੈ, ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਦੀ ਹਰਖੋਵਾਲ ਵਾਲੇ ਕਿਸੇ ਇਕਾਂਤ ਜੰਗਲ ਵੱਲ ਨੂੰ ਤੁਰੇ ਜਾ ਰਹੇ ਸਨ ਔਰ ਬਾਬਾ ਦੀਦਾਰ ਸਿੰਘ ਜੀ ਨੇ ਬਚਨ ਸੁਣਾਇਆ। ਕਹਿੰਦੇ ਮਹਾਂਪੁਰਖ ਅਚਾਨਕ ਰੁਕੇ ਔਰ ਕਹਿੰਦੇ ਰੁਕ ਕੇ ਨਾਲ ਦੇ ਸਿੰਘ ਨੂੰ ਕਹਿਣ ਲੱਗੇ ਕਿ ਇੱਧਰੋਂ ਸ਼ਾਂਤੀ ਦੇ ਪ੍ਰਮਾਣੂ ਆ ਰਹੇ ਆ, ਵਾਯੂ ਮੰਡਲ ਵਿੱਚੋਂ ਐਸੀਆਂ ਤਰੰਗਾਂ ਉੱਠ ਰਹੀਆਂ ਕਿ ਸ਼ਾਂਤੀ ਹਿਰਦੇ ਨੂੰ ਸ਼ਰਸ਼ਾਰ ਕਰ ਰਹੀ ਹੈ। ਇੱਧਰ ਜਾ ਕੇ ਵੇਖੋ, ਕੋਈ ਸਾਧੂ ਭਜਨ ਤਾਂ ਨਹੀਂ ਕਰ ਰਿਹਾ। ਤਾਂ ਸਾਧ ਸਿੰਘ ਜੀ ਜਦੋਂ ਸੇਵਾਦਾਰ ਕਾਫੀ ਅੱਗੇ ਜੰਗਲ ਦੇ ਵਿੱਚ ਗਏ ਤਾਂ ਇੱਕ ਮਹਾਤਮਾ ਦਰਖਤ ਦੀ ਢੋਹ ਲਾ ਕੇ ਪਰਮੇਸ਼ਰ ਦਾ ਨਾਮ ਜਪ ਰਹੇ ਸਨ। ਮਹਾਂਪੁਰਖ ਕਹਿਣ ਲੱਗੇ, ਭਾਈ ਜਿੱਥੇ ਪ੍ਰਭੂ ਦਾ ਪਿਆਰਾ ਬੈਠ ਕੇ ਨਾਮ ਜਪਦਾ ਨਾ, ਉਸ ਧਰਤੀ ਦੇ ਉੱਤੇ ਸ਼ਾਂਤੀ ਦੇ ਪ੍ਰਮਾਣੂਆਂ ਦਾ ਵਾਸਾ ਹੋ ਜਾਂਦਾ, ਉੱਥੇ ਸ਼ਾਂਤੀ ਦੀਆਂ ਤਰੰਗਾਂ ਪੈਦਾ ਹੋਣ ਲੱਗ ਜਾਂਦੀਆਂ ਹਨ। ਸੋ ਸਾਧ ਸੰਗਤ ਜੀ, ਔਰ ਇਹ ਵੀ ਲਿਖਿਆ ਹੈ ਕਿ ਜਿੱਥੇ ਉਹਦੇ ਜਪੇ ਨਾਮ ਦਾ ਦਸ ਹਜ਼ਾਰ ਵਰ੍ਹਾ ਧਰਤੀ ਦੀ ਕੁੱਖ ਵਿੱਚ ਪ੍ਰਭਾਵ ਰਹਿੰਦਾ, ਉੱਥੇ ਦਸ ਹਜ਼ਾਰ ਸਾਲ ਤੱਕ ਜਿਹੜੇ ਵੀ ਪ੍ਰਾਣੀ ਉਸ ਅਸਥਾਨ 'ਤੇ ਆਉਣਗੇ ਨਾ, ਉਹਨਾਂ ਦੇ ਮਨ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ, ਉਹਨਾਂ ਦੇ ਮਨ ਦੇ ਮਨੋਰਥ ਪੂਰੇ ਹੁੰਦੇ ਹੈ, ਉਹ ਨਾਮ ਦੀ ਸ਼ਕਤੀ ਕਰਕੇ ਉਹਨਾਂ ਦੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਹਨ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਇਸ ਤੋਂ ਅੱਗੇ ਮੱਧਮਾ ਹੈ, ਮੱਧਮਾ ਦੇ ਵਿੱਚ ਜਿੱਥੇ ਬੈਖਰੀ ਬੋਲ ਕੇ ਜਪਣ ਦਾ ਸੈਂਕੜੇ ਗੁਣਾ ਫਲ ਹੈ, ਉੱਥੇ ਹਜ਼ਾਰਾਂ ਗੁਣਾ ਉਸ ਤੋਂ ਵੀ ਵੱਧ ਨਾਮ ਜਪਣ ਦਾ ਫਲ ਪ੍ਰਾਪਤ ਹੋਣ ਲੱਗ ਜਾਂਦਾ। ਔਰ ਇਸ ਤੋਂ ਅੱਗੇ ਪਸੰਤੀ ਹੈ, ਪਸੰਤੀ ਵਿੱਚ ਲੱਖਾਂ ਗੁਣਾ ਨਾਭੀ ਵਿੱਚ, ਔਰ ਅੱਗੇ ਪਰਾਵਸਥਾ ਹੈ ਜਿੱਥੋਂ ਰੋਮ ਰੋਮ ਗੁਰਮੁਖ ਰੋਮ ਰੋਮ ਹਰ ਧਿਆਵ ਹੈ, ਉੱਥੇ ਕਰੋੜਾਂ ਗੁਣਾ ਨਾਮ ਜਪੇ ਦਾ ਫਲ। ਇੱਕ ਵਾਰੀ ਵਾਹਿਗੁਰੂ ਕਹੇਗਾ ਕਰੋੜਾਂ ਰੋਮ ਹੀ ਨਾਲ ਨਾਮ ਜਪਣਗੇ, ਕਰੋੜਾਂ ਗੁਣਾ ਫਲ ਪ੍ਰਾਪਤ ਹੋ ਜਾਂਦਾ ਹੈ। ਔਰ ਇਸ ਤੋਂ ਅੱਗੇ ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਮੈਂ ਇੱਕ ਬੜੇ ਪੁਰਾਣੇ ਮਹਾਤਮਾ ਤੋਂ ਬਚਨ ਸੁਣੇ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਇੱਕ ਵਾਰੀ ਚੰਡੀਗੜ੍ਹ ਦੇ ਇਲਾਕੇ ਵਿੱਚ ਦੀਵਾਨ ਲਾਉਣ ਗਏ ਤਾਂ ਉਹਨਾਂ ਨੇ ਗੁਰਮੁਖ ਰੋਮ ਰੋਮ ਹਰ ਧਿਆਵੈ ਦਾ ਦੀਵਾਨ ਦੇ ਵਿੱਚ ਜ਼ਿਕਰ ਕੀਤਾ। ਇੱਕ ਮਹਾਤਮਾ ਉਹ ਦੀਵਾਨ ਬੈਠ ਕੇ ਸੁਣ ਰਹੇ ਸਨ। ਜਦੋਂ ਮਹਾਂਪੁਰਖ ਦੀਵਾਨ ਲਾ ਕੇ ਸਮਾਪਤੀ ਤੋਂ ਬਾਅਦ ਜਾਣ ਲੱਗੇ, ਉਸ ਮਹਾਤਮਾ ਨੇ
ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਆ ਕੇ ਬੇਨਤੀ ਕੀਤੀ ਕਿ ਜਿਹੜੀ ਰੋਮ ਰੋਮ ਦੀ ਅਵਸਥਾ ਦਾ ਤੁਸੀਂ ਜ਼ਿਕਰ ਕੀਤਾ ਹੈ, ਕਿਸੇ ਗੁਰਮੁਖ ਦੀ ਐਸੀ ਅਵਸਥਾ ਹੋ ਵੀ ਸਕਦੀ ਹੈ ਜਾਂ ਤੁਹਾਡਾ ਇਸ ਅਵਸਥਾ ਬਾਰੇ ਕੀ ਅਨੁਭਵ ਹੈ? ਮਹਾਂਪੁਰਖ ਚੁੱਪ ਕਰ ਗਏ, ਕੋਈ ਬਚਨ ਨਹੀਂ ਕੀਤਾ। ਆਪਣਾ ਸੱਜਾ ਮੋਢਾ ਅੱਗੇ ਨੂੰ ਜਦੋਂ ਕੀਤਾ ਨਾ ਅਚਾਨਕ, ਤਾਂ ਉਹ ਬਿਰਤੀ ਜਿਹੜਾ ਗੁਰਮੁਖ ਸਾਧੂ ਸੀ, ਤਪੱਸਵੀ ਸੀ, ਉਹ ਵੀ ਕਮਾਈ ਵਾਲੀ ਆਤਮਾ ਸੀ, ਉਸਨੇ ਕੀ ਵੇਖਿਆ ਕਿ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ 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 ਦਾ ਨਾਮ ਸੁਣਾਈ ਦੇ ਰਿਹਾ ਸੀ। ਮੂੰਹੋਂ ਨਹੀਂ ਉਹਨਾਂ ਨੇ ਬੋਲਿਆ। ਗੁਰਬਾਣੀ ਦੇ ਵਿੱਚ ਗੁਰਮਤ ਦਾ ਇਹ ਸਿਧਾਂਤ ਹੈ, ਹਿਰਦੇ ਗਿਆਨ ਮੁੱਖ ਭਗਤੀ ਵਰਤਨ ਵੈਰਾਗ। ਹਿਰਦੇ ਵਿੱਚ ਪੂਰਨ ਗਿਆਨ ਦੀ ਪ੍ਰਾਪਤੀ ਹੋਣੀ, ਵਰਤ ਵਰਤਾਵਾ ਵੈਰਾਗ ਨਿਮਰਤਾ ਵਾਲਾ, ਔਰ ਹਮੇਸ਼ਾ ਵਾਸਤੇ ਭਗਤੀ ਭਾਵ ਦੇ ਵਿੱਚ ਲੀਨ ਰਹਿਣਾ, ਜੁੜੇ ਰਹਿਣਾ। ਸੋ ਸਾਧ ਸੰਗਤ ਜੀ, ਜਿੱਥੇ ਉਹਨਾਂ ਨੇ ਐਸੀਆਂ ਮਹਾਨ ਆਤਮਕ ਅਵਸਥਾਵਾਂ ਦਾ ਆਪਣੇ ਜੀਵਨ ਵਿੱਚ ਵਰਣਨ ਕੀਤਾ ਨਾ, ਉੱਥੇ ਇਹ ਸਾਰੀਆਂ ਅਵਸਥਾਵਾਂ ਦੇ ਵਿੱਚੋਂ ਦੀ ਉਹ ਮਹਾਂਪੁਰਖ ਆਪ ਨੰਗੇ ਹੋਏ ਸਨ, ਔਰ ਉਹਨਾਂ ਨੇ ਲੱਖਾਂ ਪ੍ਰਾਣੀਆਂ ਨੂੰ, ਇੱਕ ਨਹੀਂ ਦੋ ਨਹੀਂ, ਲੱਖਾਂ ਪ੍ਰਾਣੀਆਂ ਨੂੰ ਉਹਨਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੋੜਿਆ। ਅਣਗਿਣਤ ਪ੍ਰਾਣੀਆਂ ਨੂੰ ਉਹਨਾਂ ਨੇ ਪ੍ਰੇਰਣਾ ਦੇ ਦੇ ਕੇ ਅੰਮ੍ਰਿਤ ਛਕਾਇਆ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹੈ, ਜੁੜਿਆ ਗੁਰਮੁਖ ਆਪ ਜੋੜੇ ਹੋਰਨਾ, ਤਰਿਆ ਗੁਰਮੁਖ ਆਪ ਤਾਰੇ ਹੋਰਨਾ। ਜੁੜ ਚੁੱਕਾ ਜਿਹੜਾ ਗੁਰਮੁਖ ਹੈ ਉਹ ਦੂਸਰਿਆਂ ਨੂੰ ਜੋੜਦਾ, ਜਿਹੜਾ ਆਪ ਤਰਿਆ ਆਪ ਤਰਨ ਤਾਰੇਨ ਸ੍ਰਿਠਾ। ਭਾਈ ਗੁਰਦਾਸ ਜੀ ਕਹਿੰਦੇ ਹੈ, ਜਿਹੜਾ ਆਪ ਤਰ ਚੁੱਕਾ ਹੈ ਉਹ ਸ੍ਰਿਸ਼ਟੀ ਨੂੰ ਤਾਰਨ ਦੇ ਸਮਰੱਥ ਹੁੰਦਾ ਹੈ। ਸੋ ਗੁਰੂ ਘਰ ਦੇ ਵਿੱਚ ਜਿੱਥੇ ਗੁਰਬਾਣੀ ਦਾ ਦਸ ਗੁਰੂ ਸਾਹਿਬਾਨਾਂ ਦਾ ਬਹੁਤ ਵੱਡਾ ਸਨਮਾਨ ਹੈ, ਉੱਥੇ ਨਾਮ ਜਪਣ ਵਾਲਿਆਂ ਦਾ ਵੀ ਸਨਮਾਨ ਹੈ। ਸਤਿਗੁਰੂ ਕਹਿੰਦੇ ਹੈ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਔਰ ਨਾਮ ਜਪਣ ਵਾਲਿਆਂ ਦੀ ਕਿੰਨੀ ਮਹਿਮਾ ਕੀਤੀ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸੰਸਾਰ ਵੀ ਉਹਨਾਂ ਦੀ ਜੈ ਜੈਕਾਰ ਕਰਦਾ। ਔਰ ਨਾਮ ਜਪਣ ਵਾਲਿਆਂ ਦਾ ਕਿੰਨਾ ਸਨਮਾਨ ਹੈ, ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਕੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਕਿ ਜਿਹੜਾ ਨਾਮ ਦੀ ਗੱਲ ਵੀ ਕਰਦਾ ਨਾ, ਉਸ ਦੇ ਬੈਠਣ ਵਾਸਤੇ ਆਪਣੇ ਧੜ ਦਾ ਮੂਹੜਾ ਬਣਾ ਦੇਣਾ ਅਤੇ ਆਪਣਾ ਸਿਰ ਕੱਟ ਕੇ ਉਹਦੇ ਚਰਨਾਂ ਵਿੱਚ ਭੇਟਾ ਰੱਖ ਦੇਣੀ। ਧੰਨ ਬਾਬਾ ਦੀਪ ਸਿੰਘ ਜੀ ਨੇ ਇਹ ਕ੍ਰਿਸ਼ਮਾ ਕਰਕੇ ਵਿਖਾਇਆ ਆਪਣੇ ਜੀਵਨ ਵਿੱਚ, ਭਾਵ ਨਾਮ ਜਪਣ ਵਾਲਿਆਂ ਦਾ ਇੰਨਾ ਵੱਡਾ ਸਨਮਾਨ ਔਰ ਸਤਿਕਾਰ ਗੁਰੂ ਘਰ ਦੇ ਵਿੱਚ। ਔਰ ਅਰਦਾਸ ਦੇ ਵੀ ਬੋਲ ਹਨ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ,
ਐਸੇ ਗੁਰਸਿੱਖਾਂ ਦੀ ਕਮਾਈ ਦਾ ਨਿਧਾ ਪ੍ਰਤੀ ਧਿਆਨ ਧਾਰਨ ਦੀ ਗੱਲ ਕੀਤੀ ਗਈ ਹੈ। ਭਾਵ ਉਹਨਾਂ ਨੂੰ ਆਪਣੇ ਧਿਆਨ ਵਿੱਚ ਲਿਆਉਣ ਦੇ ਨਾਲ ਕੀ ਹੋਏਗਾ ਕਿ ਤੁਹਾਡਾ ਮਨ ਵੀ ਵਾਹਿਗੁਰੂ ਦੇ ਨਾਮ ਵਿੱਚ ਜੁੜ ਜਾਏਗਾ, ਤੁਹਾਡਾ ਮਨ ਵੀ ਸੇਵਾ ਵਿੱਚ ਜੁੜ ਜਾਏਗਾ, ਸਿਮਰਨ ਵਿੱਚ ਜੁੜ ਜਾਏਗਾ। ਸੋ ਸਾਧ ਸੰਗਤ ਦੀ ਐਸੀ ਮਹਾਨ ਪਵਿੱਤਰ ਆਤਮਾ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸਾਲਾਨਾ ਯਾਦ ਦੇ ਵਿੱਚ ਆਪ ਜੁੜ ਕੇ ਬੈਠੇ ਹੋ ਔਰ ਉਹਨਾਂ ਮਹਾਂਪੁਰਖਾਂ ਦੀ ਮਹਾਨ ਇਸ ਅਸਥਾਨ 'ਤੇ ਜੋ ਘਾਲਣਾ ਘਾਲੀ ਹੈ ਉਸ ਦਾ ਅੱਜ ਤੁਸੀਂ ਪ੍ਰਤੱਖ ਰੂਪ ਦੇ ਵਿੱਚ ਜਲਵਾ ਵੇਖ ਰਹੇ ਹੋ ਕਿ ਲੱਖਾਂ ਪ੍ਰਾਣੀ ਅੱਜ ਇਸ ਅਸਥਾਨ 'ਤੇ ਆ ਕੇ ਹਾਜ਼ਰੀਆਂ ਭਰ ਰਹੇ ਹੈ ਔਰ ਹਜ਼ਾਰਾਂ ਪ੍ਰਾਣੀ ਰੋਜ਼ਾਨਾ ਇੱਥੋਂ ਲੰਗਰ ਛਕਦੇ ਹੈ। ਨਾਮ ਬਾਣੀ ਦਾ ਇੱਥੇ ਕਥਾ ਕੀਰਤਨ ਦਾ ਪ੍ਰਵਾਹ ਹਮੇਸ਼ਾ ਹੀ ਚੱਲਦਾ ਰਹਿੰਦਾ ਔਰ ਇਸ ਸੰਪਰਦਾਏ ਦੇ ਮੁਖੀ ਮਹਾਂਪੁਰਖ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਸਤਿਪੁਰਸ਼ਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਉਸੇ ਤਰ੍ਹਾਂ ਹੀ ਇਸ ਜਥੇਬੰਦੀ ਦੀਆਂ ਮਹਾਨ ਸੇਵਾਵਾਂ ਘਾਲਣਾ ਭਰਪੂਰ ਸੇਵਾਵਾਂ ਕਰ ਰਹੇ ਹੈ। ਇਲੈਕਟ੍ਰੋਨਿਕ ਯੁੱਗ ਹੈ ਔਰ ਇਸ ਯੁੱਗ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਵੱਡੇ ਕਾਰਜ ਆਪ ਬੜੀ ਸਖਤ ਮੁਸ਼ਕਤ ਮਿਹਨਤ ਘਾਲਣਾ ਕਰਕੇ ਕੀਤੇ ਹੈ ਔਰ ਇਹ ਸਾਰੇ ਕੌਮ ਦੀ ਖਾਤਰ ਉਹਨਾਂ ਦੁਆਰਾ ਕਾਰਜ ਹੋਏ ਹੈ ਅਤੇ ਹੋ ਰਹੇ ਹੈ। ਸੋ ਮੈਂ ਜਿੱਥੇ ਸਾਰੀ ਸੰਗਤ ਦਾ ਧੰਨਵਾਦ ਕਰਦਾ ਉੱਥੇ ਇਹ ਬੇਨਤੀ ਕਰਾਂਗਾ ਕਿ ਮਹਾਂਪੁਰਖ ਇਹ ਬਚਨ ਤੁਹਾਡੇ ਪਾਸ ਦੁਹਰਾਉਂਦੇ ਰਹੇ ਕਿ ਭਾਈ ਜਿਨ੍ਹਾਂ ਨੇ ਸਿੱਖਾਂ ਦੇ ਘਰ ਵਿੱਚ ਜਨਮ ਲਿਆ ਉਹ ਮਾਈ ਭਾਈ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਗੁਰੂ ਵਾਲੇ ਬਣ ਜਿਹੜੇ ਰੋਮਾਂ ਦੀ ਕੇਸਾਂ ਦੀ ਬੇਅਦਬੀ ਕਰਦੇ ਆ ਕੇਸ ਸਾਬਤ ਸੂਰਤ ਰੱਖਣ ਅੱਜ ਛੋਟੇ ਛੋਟੇ ਬੱਚਿਆਂ ਦੇ ਮਾਪੇ ਕੇਸ ਕੱਟ ਕੇ ਉਹਨਾਂ ਨੂੰ ਬਚਪਨ ਵਿੱਚ ਹੀ ਕੇਸਾਂ ਤੋਂ ਰਹਿਤ ਕਰੀ ਜਾਂਦੇ ਆ। ਕੇਸ ਸਾਡੀ ਮੁੱਢਲੀ ਨਿਸ਼ਾਨੀ ਹੈ ਸਿੱਖੀ ਦੇ ਸਰੂਪ ਦੀ, ਇਸ ਕਰਕੇ ਆਪਣੇ ਬੱਚਿਆਂ ਦੇ ਕੇਸ ਨਾ ਕਟਾਓ, ਉਹਨਾਂ ਦੇ ਕੇਸ ਸਾਬਤ ਸੂਰਤ ਰੱਖੋ ਔਰ ਨਸ਼ਿਆਂ ਤੋਂ ਆਪਣੀ ਕੌਮ ਨੂੰ ਬਚਾਈਏ ਅਤੇ ਆਪ ਵੀ ਬਚੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ। ਮੇਰੀ ਇਹੋ ਹੀ ਬੇਨਤੀ ਆਪ ਸੰਗਤਾਂ ਦੇ ਚਰਨਾਂ ਵਿੱਚ ਸਾਰੀਆਂ ਸੰਗਤਾਂ ਦਾ, ਮਹਾਂਪੁਰਖਾਂ ਦਾ ਔਰ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ, ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਉਚੇਚੇ ਤੌਰ 'ਤੇ ਪਹੁੰਚੇ ਹੈ। ਸੋ ਇਹਨਾਂ ਸਾਰੀਆਂ ਹਸਤੀਆਂ ਦਾ, ਜਿੰਨੇ ਵੀ ਸਟੇਜ 'ਤੇ ਮਹਾਂਪੁਰਖ ਆਏ ਹੈ ਸਾਰਿਆਂ ਦਾ ਹੀ ਰੋਮ ਰੋਮ ਕਰਕੇ ਧੰਨਵਾਦ ਹੈ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਤਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਸਨ ਬਹੁਤ ਹੀ ਸਤਿਕਾਰਯੋਗ